ਪੰਚਾਇਤੀ ਚੋਣਾਂ ਦੇ ਐਲਾਨ ਨਾਲ ਹੀ ਪਿੰਡਾਂ 'ਚ ਚੁਣਾਵੀ ਹਲਚਲ ਸ਼ੁਰੂ ਹੋ ਗਈ ਹੈ। ਇਸ ਹਲਚਲ ਦੇ ਦੌਰਾਨ ਪੰਜਾਬ ਬਾਣੀ ਦੀ ਟੀਮ ਪਹੁੰਚੀ ਹੈ ਪਿੰਡ ਲਮੋਚੜ ਕਲਾਂ। ਪਿੰਡ ਲਮੋਚੜ ਕਲਾਂ ਤੋਂ ਨਵੇਂ ਉਮੀਦਵਾਰ ਕੇਵਲ ਕ੍ਰਿਸ਼ਨ ਨੇ ਪੰਜਾਬ ਬਾਣੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਉਹ ਸਰਪੰਚ ਦੀ ਚੋਣ ਜਿੱਤਦੇ ਹਨ ਤਾਂ ਉਹ ਪਿੰਡ ਦੇ ਵਿਕਾਸ ਲਈ ਵੱਧ ਤੋਂ ਵੱਧ ਕੰਮ ਕਰਨਗੇ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਪਿਛਲੀ ਪੰਚਾਇਤ ਵੱਲੋਂ ਛੱਡੇ ਅਧੂਰੇ ਕੰਮਾਂ ਨੂੰ ਪੂਰਾ ਕਰਵਾਇਆ ਜਾਵੇਗਾ। ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਸਰ, ਤੁਹਾਡਾ ਨਾਮ? ਕੇਵਲ ਕ੍ਰਿਸ਼ਨ ਜੀ। ਪਿੰਡ ਆਪਣਾ ਜੀ? ਲਮੋਚੜ ਕਲਾਂ ਜੀ। ਸਰ, ਤੁਸੀਂ ਪਹਿਲਾਂ ਰਹਿ ਰਹੇ ਸਰਪੰਚ ਬਾਰੇ ਕੀ ਕਹਿਣਾ ਚਾਹੋਗੇ? ਮੈਂ ਕਹਾਂਗਾ ਵੀ ਪਹਿਲਾਂ ਗਲੀਆਂ ਨਾਲੀਆਂ ਦਾ ਵਿਕਾਸ ਤਾਂ ਹੋਇਆ ਸਾਡਾ, ਜੋ ਗਰੀਬਾਂ ਨੂੰ ਫਲੱਸ਼ਾਂ ਦੇ ਮਕਾਨ ਨੇ ਉਹਨਾਂ ਵਾਲੇ ਉਹਨੇ ਬਹੁਤ ਗਲਤ ਕੰਮ ਕੀਤੇ ਨਹੀਂ ਮਿਲੇ। ਆਉਣ ਵਾਲੇ ਸਮੇਂ ਵਿੱਚ ਜੇ ਤੁਸੀਂ ਸਰਪੰਚ ਬਣਦੇ ਹੋ ਤਾਂ ਤੁਸੀਂ ਕਿਹੜੇ ਕੰਮਾਂ ਨੂੰ ਪਹਿਲ ਦਿਓਗੇ? ਸਭ ਤੋਂ ਪਹਿਲਾਂ ਅਸੀਂ ਗਰੀਬਾਂ ਦੇ ਕੰਮਾਂ ਨੂੰ ਪਹਿਲ ਦਿਆਂਗੇ। ਸ਼ਗਨ ਸਕੀਮ ਜੋ ਕੰਮ ਉਹਨਾਂ ਰਹਿੰਦੇ ਆ ਬਕਾਇਆ, ਉਹਨਾਂ ਦੀ ਸਹਾਇਤਾ ਕਰਾਂਗੇ। ਜੋ ਪੈਨਸ਼ਨਾਂ ਨੇ, ਸ਼ਗਨ ਸਕੀਮਾਂ ਨੇ, ਜਾਂ ਕੋਈ ਵੀ ਕੰਮ ਹੈ ਰਹਿਣ ਵਾਸਤੇ 5 ਮਰਲੇ ਜਗ੍ਹਾ ਜਿਹੜੀ ਉਹ ਪੰਚਾਇਤ ਦੀ ਵੰਡਾਂਗੇ, ਇਹਨਾਂ ਨੂੰ ਬਣ ਦੇਵਾਂਗੇ। ਤੁਹਾਡਾ ਨਾਮ ਜੀ? ਮੇਰਾ ਨਾਮ ਸੁਨੀਲ ਕੁਮਾਰ ਜੀ। ਪਿੰਡ? ਸਰ, ਪਿੰਡ ਲਮੋਚੜ ਕਲਾਂ ਜੀ। ਸਰ, ਇੱਥੋਂ ਜਿਹੜੇ ਕੈਂਡੀਡੇਟ ਜੀ ਨੇ ਸਰਪੰਚੀ ਵਾਸਤੇ ਵੋਟ ਕੀਤੀ ਹੈ, ਹਾਂਜੀ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਇਸ ਤਾਂ ਇਹ ਕਹਿਣਾ ਜੀ ਵੀ ਉਹ ਢੰਗ ਦਾ ਬੰਦਾ ਬਣਾਈਏ ਜਿਹੜਾ ਪਿੰਡ ਦਾ ਵਿਕਾਸ ਕਰੇ, ਗਰੀਬਾਂ ਦਾ ਕੰਮ ਕਰੇ, ਜਿਹੜੇ ਉਹ ਅਧੂਰੇ ਕੰਮ ਪੈਣ ਗਰੀਬਾਂ ਦੇ, ਪੈਨਸ਼ਨਾਂ ਵਗੈਰਾ ਪੰਜਾਂ ਨੇ, ਸਗਨ ਸਕੀਮਾਂ ਪੰਜਾਂ ਨੇ, ਉਹਨਾਂ ਨੂੰ ਦਿੱਤੀਆਂ ਜਾਣ ਅਤੇ ਪਿੰਡ ਦਾ ਵਿਕਾਸ ਬਾਰੇ। ਅਸੀਂ ਤਾਂ ਉਹੀ ਬੰਦਾ ਚੁਣਾਂਗੇ ਜੋ ਪਿੰਡ ਦਾ ਵਿਕਾਸ ਕੰਮ ਕਰੇ।